ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ YouTube ਚੈਨਲ ਦੋ ਤਿੰਨ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਸੋਨੀਆ ਮਾਨ ਕਾਲੀ ਦਲ ਵਿੱਚ ਸ਼ਾਮਲ ਹੋ ਰਹੀ ਹੈ ਅੱਜ ਸੋਨੀਆ ਮਾਨ ਨੇ ਆਪਣੇ Facebook ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਆਪਣਾ ਜੋ ਆਪਣਾ ਉਹਨਾਂ ਦਾ ਸਟੈਂਡ ਆ ਉਹ ਕਲੀਅਰ ਕਰ ਦਿੱਤਾ ਉਹਨਾਂ ਵੱਲੋਂ ਕਾਫੀ ਲੰਮਾ ਬਲੌਗ ਲਿਖਿਆ ਗਿਆ ਉਹ ਉਹ ਲਿਖਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਨ ਸਨਮਾਨ ਦਾ ਦਰਜਾ ਦਿੰਦਿਆਂ ਰਾਜਾ ਮਹਾਰਾਜਿਆਂ ਤੇ ਗੁਰੂਆਂ ਪੀਰਾਂ ਦੀ ਜਨਨੀ ਕਹਿ ਕੇ ਸਤਿਕਾਰਿਆ ਸੀ ਜੋ ਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਖਿਆਵਾਂ ਤੇ ਚੱਲਣ ਦੀ ਦਵਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖਾਤਰ ਕੁਝ ਅਖਬਾਰੀ ਖਬਰਾਂ ਪਵਾਹ ਨੂੰ ਆਧਾਰ ਬਣਾ ਕੇ ਮੈਨੂੰ ਭੰਡਣਾ ਤੇ ਨੀਵਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ ਇਸ ਵਿੱਚ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੇ ਖਾਤਰ ਮੇਰੇ ਉੱਪਰ ਨਿੱਜੀ ਹਮਲੇ ਕੀਤੇ ਉਸ ਨੇ ਜਿੱਥੇ ਮੇਰੇ ਦਿਲ ਨੂੰ ਝੰਡੋੜਿਆ ਉੱਥੇ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ ਜਿਸ ਸਮਾਜ ਲਈ ਮੈਂ ਆਪਣਾ ਕਾਰੋਬਾਰ ਨੂੰ ਤਿਆਗ ਕੀਤਾ ਆਪਣੇ ਕੈਰੀਅਰ ਨੂੰ ਦਾਤ ਤੇ ਲਾਇਆ ਉਹ ਪਵਿੱਤਰ ਕਿਸਾਨੀ ਮੋਰਚਾ ਜਿਸ ਨੂੰ ਕਾਮਯਾਬ ਕਰਨ ਲਈ ਮੈਂ ਦਿਨ ਰਾਤ ਇਕ ਕੀਤਾ ਆਪਣੀਆਂ ਨਿੱਜੀ ਰੰਜਿਸ਼ਾਂ ਤੇ ਚੌਧਰ ਦੀ ਖਾਤਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਾ ਨੇ ਚੰਦ ਮਿੰਟਾਂ ਵਿੱਚ ਮੈਨੂੰ ਗਦਾਰ ਦਾ ਤਗਮਾ ਦੇ ਦਿੱਤਾ ਮੈਂ ਪਿੰਡ ਪਿੰਡ ਗਲੀ ਗਲੀ ਕਿਸਾਨੀ ਬਿੱਲਾਂ ਦੇ ਹੱਕ ਵਿੱਚ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ ਸੀ ਹਰ ਪਿੰਡ ਵਿੱਚ ਕਿਸਾਨੀ ਦੇ ਹੱਕ ਵਿੱਚ ਤੰਬੂ ਲਗਾਉਂਦਾ ਹੋਕਾ ਦਿੱਤਾ ਹਰਿਆਣਾ ਰਾਜਸਥਾਨ ਜਿਖੋ ਯੂਪੀ ਲਖੀਮਪੁਰ ਖੀਰੀ ਮੈਂ ਨਿੱਜੀ ਹਿੱਤਾਂ ਦੀ ਖਾਤਰ ਨਹੀਂ ਸਗੋ ਸਮਾਜ ਦੇ ਲੋਕਾਂ ਲਈ ਗਈ ਸੀ ਲਖੀਮਪੁਰ ਖੀਰੀ ਵਿੱਚ ਪੰਜ ਜ਼ਿਲ੍ਹਿਆਂ ਦੀ ਪੁਲਿਸ ਨੇ ਮੈਨੂੰ ਘੇਰਾ ਪਾਇਆ ਮੈਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਵੀ ਕਿਸਾਨ ਨੇਤਾ ਨੇ ਸਟੇਜ ਮੇਰੇ ਸਟੇਜ ਮੇਰੇ ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੀ ਇੱਕ ਔਰਤ ਹੋਣ ਨਾਤੇ ਮੈਂ ਇਕੱਲੀ ਨੇ ਲੜਾਈ ਆਪਣੇ ਦਮ ਤੇ ਲੜੀ ਲਖੀਮਪੁਰ ਘਟਨਾ ਦਾ ਇਨਾਮ ਕਿਸਾਨੀ ਮੋਰਚੇ ਵੱਲੋਂ ਮੈਨੂੰ ਇਹ ਦਿੱਤਾ ਗਿਆ ਕਿ ਮੈਨੂੰ ਕਿਸਾਨੀ ਮੋਰਚੇ ਦੇ ਸਟੇਜ ਉੱਪਰ ਬੋਲਣ ਦੀ ਇਜਾਜ਼ਤ ਨਹੀਂ ਮਿਲੀ ਸੋਸ਼ਲ ਮੀਡੀਆ ਤੇ ਆਪਣੀ ਝੂਠੀ ਵਾਵਾ ਖੱਟਣ ਵਾਲਿਆਂ ਨੇ ਉਸ ਵਕਤ ਇੱਕ ਸ਼ਬਦ ਵੀ ਮੇਰੇ ਹੱਕ ਵਿੱਚ ਨਹੀਂ ਬੋਲਿਆ ਜਾਂ ਲਿਖਿਆ ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਥੇਬੰਦੀ ਨਾਲ ਨਹੀਂ ਜੁੜੀ ਮੇਰੇ ਜਵਾਬ ਦੀ ਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ ਮੈਨੂੰ ਕਾਲੇ ਝੰਡੇ ਦਿਖਾਉਣ ਮੈਨੂੰ ਬੇਇੱਜ਼ਤ ਕਰਨ ਅਤੇ ਜਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕੈਰੀਅਰ ਨੂੰ ਦਾਤ ਤੇ ਲਗਾਇਆ ਮੇਰੇ ਸਤਿਕਾਰਯੋਗ ਵੀਰ ਅਤੇ ਜਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੀ ਵਰਗੀ ਬੇਸਹਾਰਾ ਨਾਲ ਜ਼ਰਦਸਰ ਤੋਂ ਪਿਓ ਦਾ ਸਾਆ ਨਹੀਂ ਸੀ ਪਿਤਾ 16 ਦਿਨਾਂ ਦੀ ਛੱਡ ਕੇ ਇਸ ਦੁਨੀਆ ਤੋਂ ਸਮਾਜ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਗਏ 16 ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਕੱਲੀ ਮਾਂ ਨੇ ਮਾਂ ਤੇ ਮੈਂ ਇੱਕ ਦਿਨ ਕਿਵੇਂ ਕੱਟਿਆ ਮੈਂ ਤੇ ਮੇਰਾ ਪਰਿਵਾਰ ਹੀ ਜਾਣਦਾ ਮੇਰੇ ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰਬਾਨ ਵਿੱਚ ਚਾਕਣ ਕਿਰਪਾ ਕਰਕੇ ਮੈਨੂੰ ਇੱਕ ਗੱਲ ਦੀ ਕੋਸ਼ਿਸ਼ ਕਰਨ ਕਿ ਮੇਰਾ ਵਿਰੋਧ ਜਾਂ ਮਰੇ ਖਿਲਾਫ ਬੋਲਣ ਨਾਲੇ ਤਿੰਨ ਬਿੱਲ ਰੱਦ ਹੋ ਜਾਣਗੇ ਇੱਕ ਸਾਲ ਤੋਂ ਤਿੰਨ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਲੋਕਤੰਤਰ ਵਿੱਚ ਹਰ ਵਿਅਕਤੀ ਹਰ ਜਥੇਬੰਦੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤਾ ਜਿਹੜਾ ਵੀ ਇਨਸਾਨ ਸੰਵਿਧਾਨ ਦੇ ਦਰਰੇ ਤੋਂ ਬਾਹਰ ਰਹਿ ਕੇ ਗੱਲ ਕਰਦਾ ਹੈ ਦੇਸ਼ ਦਾ ਸਭ ਤੋਂ ਵੱਡਾ ਗਦਾਰ ਹੈ ਦੇਸ਼ ਧਰੋਈ ਹੈ ਮੇਰੇ ਵਿਰੋਧੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ ਬੱਥੇ ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਅਤੇ ਮੋਰਚੇ ਤੇ ਬੈਠੇ ਲੋਕ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਨਹੀਂ ਹਨ ਜੇਕਰ ਹਣ ਤੱਕ ਕੀ ਮੈਨੂੰ ਸਿਰਫ ਇੱਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਕਿਰਪਾਲਤਾ ਜਰੂਰ ਕਰਨ ਸਵਿਧਾਨ ਨਿਰਮਾਤਾ ਡਾਕਟਰ ਬੀਏ ਔਰ ਅੰਬੇਦਕਰ ਸਾਹਿਬ ਜਿੰਦਾਬਾਦ ਤੁਹਾਡੇ ਜਵਾਬ ਦੀ ਡੀਕ ਵਿੱਚ ਸੋਨੀਆ ਮਾਨ ਦੋਸਤੋ ਇਹ ਉਹਨਾਂ ਨੇ ਪੋਸਟ ਲਿਖੀ ਅੱਜ ਦੋ ਤਿੰਨ ਦਿਨਾਂ ਤੋਂ ਬਹੁਤ ਹੀ ਸੋਨੀਆ ਮਾਨ ਜੀ ਦਾ ਵਿਰੋਧ ਹੋ ਰਿਹਾ ਹੈਗਾ ਬਹੁਤ ਭੱਦੀ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਧੰਨਵਾਦ